ਸਾ ਕੇ ਤੇਰਾ ਰੱਖਣਾ, ਜਿੰਦਾ ਚੁੱਪ ਦਾ ਬੁਲਾ ਤੇ ਲਹਾ ਕੇ ਰੱਖਣਾ। ਸਾਡੇ ਡਬਲ ਐਨ ਨਟਖਟ ਆਨੰਦ ਖੁਸ਼ ਹਮੇਸ਼ਾ ਹੀ ਖੁਸ਼ ਹੁੰਦਾ ਮੈਂ। ਹੈਂ ਕਮਲ ਭਾਅ ਜੀ ਤਾਂ ਖੜੇ ਹੋ ਗਏ ਜੀ, ਸਟੈਂਡਿੰਗ ਓਵੇਸ਼ਨ ਮਿਲ ਰਿਹਾ ਇਸ ਛੋਟੇ ਬੱਚੇ ਨੂੰ। ਕਮਲ ਭਾਅ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ। ਆਨੰਦ ਸਾਹਿਬ ਤੁਸੀਂ ਮੇਰੇ ਕੋਲ ਆਓ ਇੱਕ ਮਿੰਟ ਲਈ। ਇਸ ਬੱਚੇ ਲਈ ਤਾੜੀਆਂ ਵਜਾ ਦਿਓ ਜਿੰਨੇ ਵੀ ਬੈਠੇ ਹੋ ਸਾਰੇ। ਥੈਂਕ ਯੂ। ਇਸ ਬੱਚੇ ਲਈ ਕਦੇ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਬੱਚੇ, ਤੈਨੂੰ ਵੀ ਮੈਂ ਨੰਬਰ ਦੇ ਕੇ ਜਾਊਂਗਾ, ਐਨੀ ਟਾਈਮ ਮੈਂ ਤੇਰੇ ਲਈ ਹਾਜ਼ਰ ਹਾਂ। ਠੀਕ ਆ। ਸੋ ਥੈਂਕ ਯੂ ਪੀ ਟੀ ਸੀ, ਤੁਸੀਂ ਇੱਦਾਂ ਦੇ ਟੈਲੈਂਟ ਤੁਸੀਂ ਲੈ ਕੇ ਆਉਂਦੇ ਹੋ ਔਰ ਮਾਲਕ ਇਸ ਬੱਚੇ ਨੂੰ ਹੋਰ ਜ਼ਿਆਦਾ ਖੁਸ਼ੀ ਮਿਲੇਗੀ। ਕੱਚੇ ਚੌਲ ਉਬਾਲ ਕੇ ਉੱਤੇ ਪਾਈ ਖੰਡ, ਕੱਚੇ ਚੌਲ ਉਬਾਲ ਕੇ ਉੱਤੇ ਪਾਈ ਖੰਡ, ਅੱਜ ਫਿਰ ਕਮਾਲ ਕਰਤੀ ਇਹਨਾਂ ਦੇ। ਆਏ ਆਏ, ਪਰਮਾਤਮਾ ਤੈਨੂੰ ਖੁਸ਼ ਰੱਖੇ ਆਲਵੇਜ਼। ਬਹੁਤ ਪਿਆਰਾ ਯਾਰ ਤੂੰ। ਕਮਲ ਇੱਕ ਗੱਲ ਦੱਸਦੇ, ਜਦੋਂ ਨਾ ਇਹ ਆਡੀਸ਼ਨ ਦੇਣ ਆਇਆ ਸੀ, ਆਡੀਸ਼ਨ ਦੇਣ ਆਇਆ ਤਾਂ ਫੋਰਮ ਭਰਨਾ, ਉਹਦੇ ਵਾਸਤੇ ਸਾਰਾ ਕੁਛ ਨਾਮ ਲਿਖਣਾ, ਪੇਰੈਂਟਸ ਨੇਮ ਸਾਰਾ ਕੁਛ ਲਿਖਣਾ, ਤਾਂ ਇਹਨੇ ਲਿਖਿਆ ਆਨੰਦ। ਇਹਨੂੰ ਪੁੱਛਿਆ ਗਿਆ ਕਿ ਅੱਗੇ ਸਿੰਘ ਕੌਰ ਕੁਮਾਰ ਕੁਛ ਤਾਂ ਲਿਖੇਗਾ ਨਾ, ਤੁਸੀਂ ਕੌਣ ਹੁੰਦੇ ਹੋ? ਕਹਿੰਦਾ ਜੀ ਅਸੀਂ ਗਰੀਬ ਹੁੰਦੇ ਹਾਂ।
ਤੂੰ ਗਰੀਬ ਨਹੀਂ ਹੈ ਪੁੱਤਰ, ਤੇਰੇ ਅੰਦਰ ਅਮੀਰੀ ਭਰੀ ਹੋਈ ਹੈ ਤੇਰੀ ਕਲਾ ਦੀ। ਅਸੀਂ ਸਾਰੇ ਭਰਾ ਤੇਰੇ ਨਾਲ, ਸਾਰੇ ਭਰਾ। ਤੂੰ ਸਭ ਤੋਂ ਵਧੀਆ ਬੱਚਾ ਹੈ ਤੇ ਸਭ ਤੋਂ ਅੱਛੀ ਸਮਾਈਲ ਹੈ ਤੇਰੀ, ਸਭ ਤੋਂ ਸੋਹਣਾ ਹੈ, ਸਭ ਤੋਂ ਕਿਊਟ ਹੈ ਤੂੰ। ਕਿੱਟੂ ਭਾਜੀ, ਲਵ ਯੂ ਭਾਜੀ, ਤੁਹਾਡੀ ਅੱਖਾਂ 'ਚ ਹੰਝੂ ਹੈ ਜੀ। ਉਹ ਮਿਊਜ਼ੀਸ਼ੀਅਨਸ ਵੀ ਸਾਡੇ ਇਮੋਸ਼ਨਲ ਹੋ ਗਏ ਨੇ ਜੀ, ਸਾਰਾ ਮਾਹੌਲ ਇੱਥੇ ਇਮੋਸ਼ਨਲ ਕਰ ਦਿੱਤਾ ਇਹਨਾਂ ਨੇ। ਮੈਂ ਵਾਅਦਾ ਕਰਦਾ ਹਾਂ, ਆਹ ਟੀਮ ਮੇਰੀ ਸਾਰੀ ਨਾਲ ਬੈਠੀ ਹੈ, ਮਾਲਕ ਦੀ ਰਹਿਮਤ ਚਾਹੀਦੀ ਹੈ, ਜਿਵੇਂ ਪ੍ਰਿੰਸ ਬੈਠਣ ਦੇ ਸਾਹਮਣੇ, ਪੁੱਤ ਇੱਦਾਂ ਤੈਨੂੰ ਸਟਾਰ ਬਣਾਵਾਂਗੇ। ਅੱਜ ਤੋਂ ਤੂੰ ਮੇਰਾ ਪੁੱਤ ਹੈ, ਮੇਰਾ ਬੱਚਾ, ਤੈਨੂੰ ਮੈਂ ਅਡੋਪਟ ਕੀਤਾ, ਤੁਸੀਂ ਨਾਲ। ਵੋਇਸ ਆਫ ਪੰਜਾਬ ਦੀ ਹਿਸਟਰੀ ਦੇ ਵਿੱਚ ਫਸਟ ਟਾਈਮ ਹੋਣ ਜਾ ਰਿਹਾ ਕਿ ਅੱਜ ਸਾਡੇ ਮਿਊਜ਼ੀਸ਼ੀਅਨਸ ਵੀ ਮੰਚ ਦੇ ਉੱਤੇ ਆਏ ਨੇ, ਇੰਨੇ ਇਮੋਸ਼ਨਲ ਹੋ ਗਏ ਨੰਦ ਦੀ ਗਾਇਕੀ ਤੋਂ। ਥੈਂਕ ਯੂ ਸੋ ਮਚ ਮਿਊਜ਼ੀਸ਼ੀਅਨਸ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਸੋ ਮਚ ਕਿੱਟੂ ਭਾਅ ਜੀ, ਥੈਂਕ ਯੂ ਸੋ ਮਚ ਜੱਜਿਜ਼।